केंद्र सरकार वालों लागू किए गए खेती कानूनों के विरोध में चल रहे किसान अंदोलन के चलदियां किसान जथेबंदियां ने दिल्ली चलो दे दिते नारे तहत कस्बा खालड़ा तो किसान मजदूर संघर्ष कमेटी जोन शहीद भूला सिंह जी का जथा प्रधान हरजिंदर सिंह की अगवाई हेठ ट्रैक्टर ट्रालिया के काफिले नू दिल्ली वाल कूच कर दिता है। इस दौरान किसान मजदूर संघर्ष कमेटी प्रधान भाई हरजिंदर सिंह ने स्पष्ट किया है कि मोदी सरकार वालों लागू किए गए पंजे किसान विरोधी कानून रद्द करवा के ही वापस मुड़ांगे। प्रधान हरजिंदर सिंह ने गलबात करदिया कहा है, दिल्ली किसानों का सबर परख रही है, किसान देश का अन्नदाता है, देश आजाद होने तो लैके हुण तक जय जवान जय किसान का नारा सदा बुलंद रहा है। किसानों ने देश की जनता का ढिड भर के कुदरती ते गैर कुदरती आफतों का सामना करदिया बेशुमार अनाज पैदा किया, पर सरकारा ने उसकी कदर नहीं पाई, जबकि किसानों नू बुढ़ापे समय सड़कों उत्ते रोलिया जा रहा है। उन्हें कहा है कि 2 महीनों तो किसान सड़कों उत्ते बैठे ने, पर केंद्र सरकार उन्हां दी आवाज सुनने लई तैयार ही नहीं, जिस तो खफा होके किसानों ने हुण दिल्ली नू घेरन दा मन बनाया है। उन्होंने यही गल विशेष तौर पर कही है कि साढ़े वालों 6 महीनों का राशन ना लिजाया जा रहा है। उन्हां दा दिल्ली रवाना होए किसानों नू अपील की है कि वह हुण खेती विरोधी कानूनों नू रद्द करवा के ही वापस मुड़न। इस मौके प्रधान हरजिंदर सिंह, मीत प्रधान पिंदरजीत सिंह, कैशियर बलजिंदर सिंह, सैकटरी हरजीत सिंह, सहायक सैकटरी जगमीत सिंह, तरलोचन सिंह, दरबारा सिंह, सुंदर सिंह, हरपाल सिंह फौजी आदि वड्डी गिनती विच हाजिर सन। मोदी ने 3 काले कानून पास किए, उन्होंने रद्द कराने वास्ते चले हाँ। साडा पहला जथा गया हो उत्थे डटिया होया, अं उन्होंने जाके पिंड नूं घल देना। एक पिछे साडे जिहड़े पिंड कलसियां खुरद वो जथा तैयार होया जी। ਜਿਵੇਂ ਕਿ ਵੇਖਣ ਦੇ ਵਿੱਚ ਮਿਲ ਰਿਹਾ ਹੈ ਵੀ ਕੇਂਦਰ ਸਰਕਾਰ ਵੱਲੋਂ ਕਾਫੀ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਗਈਆਂ ਕਿਸਾਨਾਂ ਦੇ ਨਾਲ, ਲੇਕਿਨ ਜਿਹੜਾ ਕੇਂਦਰ ਸਰਕਾਰ ਵੱਲੋਂ ਅੜੀਏ ਰਵੱਈਆ ਜਿਹੜਾ ਆਪਣਾ ਵਰਤਿਆ ਜਾ ਰਿਹਾ ਉਹਨੂੰ ਤਿਆਗਣ ਨੂੰ ਤਿਆਰ ਨਹੀਂ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੀ ਜਿੰਨਾ ਚਿਰ ਤੱਕ ਉਹ ਸਾਨੂੰ ਕਾਲੇ ਕਾਨੂੰਨ ਵਾਪਸ ਨਹੀਂ ਕਰਦਾ ਅਸੀਂ ਦਿੱਲੀ ਉਸ ਉਨਾ ਚਿਰ ਤਾਂ ਡਟੇ ਰਵਾਂਗੇ। ਔਰ ਬਾਰਡਰ ਤੇ ਜਿਹੜੇ ਜਾ ਰਹੇ ਜੀ ਤੁਸੀਂ ਸਿੰਘੂ ਬਾਰਡਰ, ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ, ਯੂਥ ਨੂੰ? ਅਸੀਂ ਨੌਜਵਾਨਾਂ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਨਗਰ ਦੇ, ਹੁਣ ਅੱਗੇ ਵੀ ਨੌਜਵਾਨ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਨੌਜਵਾਨੀ ਪੀੜ੍ਹੀ ਅੱਗੇ ਆਵੇ ਅਤੇ ਆਪਣਾ ਵੱਧ ਚੜ੍ਹ ਕੇ ਸੰਘਰਸ਼ ਵਿੱਚ ਹਿੱਸਾ ਪਾਵੇ। ਕਿੱਥੇ ਚੱਲੇ ਜੋ? ਅਸੀਂ ਦਿੱਲੀ ਚੱਲੇ ਹਾਂ ਜੀ। ਕਿਸ ਚੀਜ਼ ਨੂੰ ਲੈ ਕੇ ਤੁਸੀਂ ਦਿੱਲੀ ਚੱਲੇ ਜੋ? ਅਸੀਂ ਜੀ ਉਹ 3 ਆਰਡੀਨੈਂਸ ਲੈ ਕੇ ਜਿਹੜੀ ਆਪਣੀ ਸੰਘਰਸ਼ ਜਾ ਰਹੀ ਨਾ ਕਮੇਟੀ, ਉਹਨਾਂ ਵੱਲੋਂ ਜਾ ਰਹੇ ਹਾਂ ਜੀ ਕਿਸਾਨ ਯੂਨੀਅਨ ਵੱਲੋਂ। ਅਤੇ ਕਿਹੜੇ ਬਾਰਡਰ 'ਤੇ ਜਾ ਰਹੇ ਜੋ? ਅਸੀਂ ਸਿੰਘੂ ਬਾਰਡਰ 'ਤੇ ਜਾ ਰਹੇ ਹਾਂ ਜੀ, ਮੋਦੀ ਦਾ ਪਿੱਟ ਸਾਹਿਬ ਪਾਈ ਕਰਨ। ਦੇਖਣ ਦੇ ਵਿੱਚ ਮਿਲ ਰਿਹਾ ਹੈ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜੇ ਆਰਡੀਨੈਂਸਾਂ ਨੂੰ ਲੈ ਕੇ ਅੜੀਅਲ ਰਵੱਈਆ ਵਰਤਿਆ ਜਾ ਰਿਹਾ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੜੀਅਲ ਦਾ ਰਵੱਈਆ ਬੜਾ ਵੀ ਆ, ਪਰ ਉਹਦਾ ਮੱਥਾ ਬੜੇ ਕਸੂਤੇ ਬੰਦਿਆਂ ਨਾਲ ਲੈ ਗਿਆ। ਅਸੀਂ ਵੀ ਬਾਰਡਰ 'ਤੇ ਰਹਿਣ ਵਾਲੇ ਹਾਂ, ਇਹ ਹੁਣ ਪੰਗਾ ਕਸੂਤਾ ਪਾ ਬੈਠਾ। ਪਹਿਲੂ ਉਹਨੇ ਪੰਜਾਬ ਜੂ ਛੱਡੇ ਜਿਹੜੇ ਬਾਕੀ ਏਰੀਏ ਦੇ, ਹੁਣ ਪੱਕਾ ਪੈ ਗਿਆ ਸਰਦਾਰਾਂ ਨਾਲ। ਸਰਦਾਰਾਂ ਦਾ ਹੁਣ ਕੰਮ ਹੈ ਜਿਹੜਾ ਕਰਿਆ ਬਾਰਡਰ ਏਰੀਏ ਦੇ ਨਾਲ, ਉਹਨੇ ਸੌਦਾ ਦਾ ਨਿਬੇੜ ਕੇ ਆਉਣਗੇ। ਅਸੀਂ ਜਿੰਨਾ ਉਹਨਾਂ ਚਿਰ ਉੱਠਦੇ ਨਹੀਂ ਉੱਥੋਂ, ਜਿੰਨਾ ਚਿਰ 3 ਆਰਡੀਨੈਂਸ ਰੱਦ ਨਹੀਂ ਕਰਦਾ ਨਾ ਅਸੀਂ ਆਉਣ ਵਾਲੇ ਨਹੀਂ ਗੇ। ਅਸੀਂ ਹੁਣ ਆਵੇ ਦੋਵਾਂ ਟਰਾਲੀਆਂ ਦੇ ਵਿੱਚ ਰਾਸ਼ਨ ਪਾਣੀ ਲੱਦ ਲਿਆ ਹੈ, ਇੱਥੋਂ ਅਸੀਂ ਵਿਹਲੇ ਹਾਂ ਘਰੋਂ। ਅਸੀਂ ਹਾਲ ਦੱਸਦਾ ਵੀ ਜੇ ਤਾਂ ਅਸੀਂ ਜਿਉਂਦੇ ਆ ਗਏ ਠੀਕ ਹੈ, ਨਹੀਂ ਤਾਂ ਗੁਰਦੁਆਰੇ ਬਣਾ ਦਿਓ ਸਾਡੇ। ਕਿੰਨੇ ਚਿਰ ਦਾ ਰਾਸ਼ਨ ਲੈ ਕੇ? ਅਸੀਂ 6 ਮਹੀਨੇ ਦਾ ਰਾਸ਼ਨ ਹੈ ਜੀ ਸਾਡੇ ਕੋਲ। ਜੇਕਰ ਮੰਨ ਲਓ ਮੋਦੀ ਸਰਕਾਰ ਇਹ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਸੰਘਰਸ਼ ਕਿੱਦਾਂ ਦਾ ਹੋਵੇਗਾ? ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ ਜੀ, ਬਹੁਤ ਲੰਮਾ ਹੋਵੇਗਾ। ਕੀ ਕਰਨ ਚੱਲੇ ਦਿੱਲੀ? ਦਿੱਲੀ ਅੱਗੇ 18 ਵਾਰੀ ਜਿੱਤੀ ਆ ਤੇ 19 ਵਾਰੀ ਜਿੱਤਣ ਚੱਲੇ ਆ ਜੀ। ਕਿਸ ਚੀਜ਼ ਨੂੰ ਲੈ ਕੇ ਦਿੱਲੀ ਚੱਲੇ ਜੋ? ਕਿਸਾਨੀ ਮੰਗਾਂ ਨੂੰ। ਹਾਂਜੀ, ਕਿਸ ਚੀਜ਼ ਨੂੰ ਲੈ ਕੇ ਦਿੱਲੀ ਚੱਲੇ ਜੇ ਤੁਸੀਂ? ਵੀਰ ਜੀ, ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਕਿਸਾਨਾਂ ਦੇ ਸਿਰ ਮੜ ਰਹੀ ਹੈ ਜੀ, ਉਹਦੇ ਵਿਰੋਧ ਵਿੱਚ ਚੱਲਿਆ ਜੀ ਰੱਦ ਕਰਾਉਣ ਵਾਸਤੇ। ਇੱਥੇ ਨਾ ਦੇਖਣ ਨੂੰ ਮਿਲ ਰਿਹਾ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਆਪਣਾ ਅੜੀਅਲ ਰਵੱਈਆ ਜਿਹੜਾ ਵਰਤ ਰਹੀ ਆ, ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਉਹਨਾਂ ਨੂੰ ਪ੍ਰਵਾਨ ਨਹੀਂ ਕਰ ਰਹੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਜੀ, ਇਹਨਾਂ ਪਹਿਲਾਂ ਉੱਧਰ ਹੀ ਵੇਖਿਆ 370 ਲੱਖ ਤੋੜ ਕੇ ਦੂਜਾ ਤੀਜਾ ਕਰਕੇ ਜੱਟਾਂ ਨਾਲ ਪੰਗਾ ਹੀ ਪਹਿਲੀ ਵਾਰੀ ਪਿਆ ਹੈ, ਇਹ ਨਹੀਂ ਹਟਦੇ ਹੁਣ। ਕਿ ਜਿਵੇਂ ਮੰਨ ਲਓ ਵੀ ਜੇ ਸਰਕਾਰ ਇਹ ਅੜੀਅਲ ਰਵੱਈਆ ਜਿਹੜਾ ਆਪਣਾ ਨਹੀਂ ਛੱਡਦੀ, ਕਿਸ ਤਰ੍ਹਾਂ ਦਾ ਸੰਘਰਸ਼ ਵਿੱਢੋਗੇ? ਇਹਦੇ ਵੀਰ ਜੀ ਫਿਰ ਲਾਲ ਕਿਲੇ ਤੇ ਝੰਡਾ ਚੜੂਗਾ, ਧੱਕ ਦੇਵਾਂਗੇ ਸਭ ਕੁਝ। ਸਕਾਈ ਨਿਊਜ਼ ਪੰਜਾਬ ਲਈ ਭਿੱਖੀ ਵਿੰਡ ਤੋਂ ਰਿੰਪਲ ਗੋਲਨ ਦੀ ਰਿਪੋਰਟ।